ਭਾਰਤੀ ਮੂਲ ਦੀ ਹਰਿੰਦਰ ਕੌਰ ਮੱਲੀ ਨੂੰ ਕੈਥਲਿਨ ਵਿਨ ਦੀ ਓਨਟਾਰੀਓ ਸੂਬੇ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ। ਉਹਨਾਂ ਨੂੰ ਔਰਤਾਂ ਦੇ ਮਾਮਲਿਆਂ ਦੀ ਮੰਤਰੀ ਦਾ ਅਹੁਦਾ ਮਿਲਿਆ। ਹਰਿੰਦਰ ਕੌਰ ਕੈਨੇਡਾ ਦੇ ਸਾਬਕਾ MP ਗੁਰਬਖਸ਼ ਸਿੰਘ ਮੱਲੀ ਦੀ ਬੇਟੀ ਹੈ। ਓਨਟਾਰੀਓ ਦੀ ਲੈਜਿਸਲੇਟਿਵ ਅਸੈਂਬਲੀ ਵਿੱਚ ਲਿਬਰਲ ਪਾਰਟੀ ਦੀ ਮੈਂਬਰ ਹੈ। ਉਹ 2014 ਵਿੱਚ ਬ੍ਰੈਂਪਟਨ ਸਪ੍ਰਿੰਗਡੇਲ ਹਲਕੇ ਤੋਂ ਚੁਣੀ ਗਈ ਸੀ। ਮੱਲੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਝੁੱਗਾ ਘਰਾਂ ਨਾਲ ਸੰਬੰਧ ਰੱਖਦੀ ਹੈ।